Assalamu alaikum. Assalamu alaikum. Aur sab bhai khairiyat se hain mashallah ji alhamdulillah. Assi bhi khairiyat se hain. Allah kare aap bhi khairiyat se ho. Mashallah ji subah di namaz ada kiti hai namaz ada karke te sair nu challe je. Alhamdulillah. Aur tusi sunao ki ban reha subah subah. Utho 5 waqt namaz padho. ਮਾਸ਼ਾਅੱਲਾ ਜੀ ਅਸੀਂ ਤੇ ਨਮਾਜ਼ ਪੜ੍ਹ ਕੇ ਸੈਰ ਨੂੰ ਨਿਕਲ ਗਏ ਜੇ ਤੇ ਹੁਣ ਸੈਰ ਕਰਦੇ ਪਏ ਜੇ ਤੇ ਅੱਲਾਹ ਤਾਲਾ ਨੇ ਕੱਲ ਦੀ ਚੰਗੀ ਬਾਰਿਸ਼ ਭਾਈ ਦੀ ਹੈ ਜਿਹਦੀ ਵਜ੍ਹਾ ਨਾਲ ਜਿਹੜੇ ਨੇ ਜ਼ਿੰਮੀਦਾਰ 2 ਦਿਨ ਰੈਸਟ ਕਰਨਗੇ ਖੱਡਿਆਂ 'ਚ ਹਰੀ ਤੱਕਰ ਪਾਣੀ ਖਲੋਤਿਆ ਤਾਂ ਕਣਕਾਂ ਬਿਲਕੁਲ ਸਿੱਲੀਆਂ ਹੋ ਗਈਆਂ ਨੇ ਮੌਸਮ ਬੜਾ ਪਿਆਰਾ ਹਲੇ ਵੀ ਕੋਈ ਕੋਈ ਕਣੀ ਲੱਥੀ ਦੀ ਹੈ ਕਣਕਾਂ ਬਿਲਕੁਲ ਸਿੱਲੀਆਂ ਹੋ ਗਈਆਂ ਨੇ ਹੁਣ ਅੱਲਾਹ ਤਾਲਾ 2-3 ਦਿਨ ਧੁੱਪ ਲਾਏ ਚੰਗੀ ਅਤੇ ਫਿਰ ਮਾਸ਼ਾਅੱਲਾ ਜਿਹੜਾ ਨਾ ਕਣਕਾਂ ਵਢੋ ਸਕਦੀਆਂ ਨੇ ਪੜੋਲਾ ਫਰੋਏ ਜਾਂ ਰੈਪਰ ਫਰੋਏ ਜਾਂ ਹੱਥ ਨਾਲ ਵੱਢੇ ਫਿਰ ਇਹਨਾਂ ਦੀ ਕਸ਼ਤ ਹੋਣੀ ਹੈ ਜੀ ਸ਼ੁਕਰੀਆ ਤੁਸੀਂ ਸਾਡੀ ਵੀਡੀਓ ਦੇਖਦੇ ਹੋ ਸਾਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਮਾਸ਼ਾਅੱਲਾ ਜੀ ਸਾਡੀ ਫਸਲ ਵੀ ਰਹਿੰਦੀ ਹੈ ਹਲੀ ਅਤੇ ਥੋੜ੍ਹੀ ਜਿਹੀ ਘਰ ਵੀ ਲੈ ਆਉਂਦੀ ਦੀ ਹੈ ਮਾਸ਼ਾਅੱਲਾ ਜੀ ਮਾਸ਼ਾਅੱਲਾ ਕਿਉਂਕਿ ਬਾਰਿਸ਼ ਚੰਗੀ ਪਈ ਹੈ ਜਿਹਨੂੰ ਚੰਗੀ ਬਾਰਿਸ਼ ਆਖਦੇ ਨੇ ਨਾ ਸੋਨ ਭਾਦਰੋ ਵਾਲੀ ਬਾਰਿਸ਼ ਪਈ ਹੈ ਜਿਹਨਾਂ ਲੋਕਾਂ ਨੇ ਵੱਢੀ ਦੀਆਂ ਨੇ ਕਣਕਾਂ ਉਹਦੇ ਭਰੀਆਂ ਖੋਲਣਗੀਆਂ ਨੇ ਕਿਉਂਕਿ ਬਾਰਿਸ਼ ਜਿਹੜੀਆਂ ਨੇ ਵਿੱਚ ਤੱਕ ਰਚ ਗਈ ਦੀ ਹੈ ਆ ਗਿਆ ਸਾਡਾ ਡੁੰਬਰ ਇੱਥੋਂ ਕਦੇ ਪਾਣੀ ਨਹੀਂ ਖਤਮ ਹੋਇਆ ਪਰ ਹਾਲੇ ਵੀ ਹੈ ਪਾਣੀ ਕਿਉਂਕਿ ਫੁੱਲ ਹੀ ਰਹਿੰਦਾ ਰਿਹਾ ਲੋਕਾਂ ਨੇ ਮਿੱਟੀ ਚੁੱਕ ਚੁੱਕ ਕੇ ਇਹਨੇ ਵਿੱਚੋਂ ਅਤੇ ਇਹਨੂੰ ਡੂੰਘਾ ਕਰ ਛੱਡਿਆ ਥੱਲੋਂ ਰੇਤ ਆ ਗਈ ਦੀ ਆ ਅਤੇ ਇਹਨੇ ਤਾਂ ਆਹ ਸਾਰੀ ਜੂ 'ਚ ਪਾਣੀ ਹੁੰਦਾ ਰਿਹਾ ਉਹਨੇ ਥੋੜ੍ਹੀ ਜਿਹੀ ਜਗ੍ਹਾ 'ਚ ਪਾਣੀ ਰਹਿ ਗਿਆ ਮਾਸ਼ਾਅੱਲਾ ਜੀ ਸੁਬਹਾ ਸੁਬਹਾ ਸੈਰ ਕਰਨਾ ਸੁਨਤ ਹੈ ਹਮਾਰੇ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਸੁਬਹਾ ਸੁਬਹਾ ਫਜਰ ਦੀ ਨਮਾਜ਼ ਪੜ੍ਹ ਕੇ ਸੈਰ ਕਰਦੇ ਰਹੇ ਨੇ ਅਤੇ ਅਸੀਂ ਵੀ ਇਨਸ਼ਾਅੱਲਾ ਨਮਾਜ਼ ਪੜ੍ਹ ਕੇ ਕੋਸ਼ਿਸ਼ ਕਰੀਏ ਰੋਜ਼ਾਨਾ ਸੈਰ ਕਰੀਏ ਇਨਸ਼ਾਅੱਲਾ ਅਸੀਂ ਸੈਰ ਕਰਨੇ ਪਏ ਬੱਦਲ ਹੋਏ ਦਾ ਫਿਰ ਹਨੇਰਾ ਪੈ ਗਿਆ ਮਾਝਾ ਵੀ ਪਟ ਜਾਂਦਾ
ਇੱਥੋਂ ਛਟਾਲਾ ਵੱਢ ਕੇ ਜੀ, ਛਟਾਲਾ ਵੱਢ ਕੇ ਅਤੇ ਚੈਰੀ ਬੀਜੀ ਹੈ। ਚੈਰੀ, ਜਵਾਰ ਅਤੇ ਬਾਜਰਾ ਤਿੰਨ ਛਾਵਾਂ ਇਕੱਠੀਆਂ ਬੀਜੀਆਂ ਨੇ। ਇਹਦੇ ਨਾਲ ਫਿਰ ਗਾਚਾ ਬਣੇਗਾ, ਫਿਰ ਪੱਠੇ ਜਿਹੜੇ ਨੇ ਚੰਗੇ ਜਾਨਵਰ ਖਾਂਦੇ ਨੇ। ਲਓ ਜੀ, ਫਿਰ ਬਾਰਿਸ਼ ਲੱਤ ਵੀ ਆ ਗਈ। ਰੋਜ਼ਾਨਾ ਬਾਰਿਸ਼ ਪੈਂਦੀ ਪਈ ਹੈ। ਛਾਤੂ ਡਾਂਸ ਦੇ ਘਰੀ, ਛਾਤੂ ਨੱਚੀ ਯਾਰ, ਛਾਤੂ ਨੱਚੀ ਯਾਰ, ਛਾਤੂ ਨੱਚੀ ਖਲੋ ਕੇ ਪਿੱਛੇ ਹੋ ਗਏ, ਪਿੱਛੇ ਹੋ ਗਏ, ਪਿੱਛੇ ਹੋ ਗਏ। ਹੁਣ ਸਬਸਕ੍ਰਾਈਬ ਕਰੋ, ਲਾਈਕ ਕਰੋ।